हाँ जी भीर जी, सारा भी सत श्रीकाल जी। संदीप डेयरी फार्म तुहाडा बहुत बहुत वेलकम है जी। भीर जी, अज अपनी भीर जिहड़ी हैगी आ पिंड भूमा जी, जिला अमृतसर पैंदा, तहसील मजीठा पैंदी है जी। ते वीर अगे भी वीडियो बनाई सी जी आपां इक, ते अज भीर उहनां कोल दो पशु सेल आ वीरां दे। ते आओ वीर नाल गल्लबात करिए कि इहनां प्राइस की है ते की मिलक रिकॉर्ड आ। उस तों पहलां वीर जी रिक्वेस्ट करदा तुहानूं पहलां कि इत्थे आ के दो टाइम दी चॉइस जरूर करो, पास करो, पूरी तसली नहीं खरीदो। बार बार भीर जी यही बेनती हुंदी है कि चॉइस जरूर कर लै जाया करो, नाले वीडियो में वो तो शेयर कर दिया करो। चलो गांव भी किसी वीर का फायदा हो सके। तो हम वीर गलबात करिए जी आप। हाँ जी भीर जी, सत श्रीकाल जी। सत श्री अकाल जी। सत श्री अकाल जी। होर भीर जी किदा जी? वधिया वधिया कृपा वाहिगुरू, तुसीं सुनाओ ठीक ठाक जी? बस वधिया। किवें चल रहा कैम जी? काम संदीप वीर जी ठीक है, चलो चली जांदा। बाकी चलो कोई भी काम आप शुरू करते हैं नवा, हाँ जी, वह चीज टाइम मंगती है। हाँ, टाइम ना मंगती जी। कोई भी लैन है आप एक लैन च पैरेंगे तो उस कामयाबी आ। हाँ जी, ਹੁਣ ਚਲੋ ਜੇ ਮੈਂ ਅੱਜ ਆਖਾਂ ਵੀ ਵਪਾਰੀਆਂ ਵੱਡੇ ਇੰਸਟਾਗ੍ਰਾਮ ਇੱਥੋਂ ਹੋਣੀਆਂ ਨਹੀਂ ਹੈ, ਠੀਕ ਹੈ ਨਾ ਗੱਲ? ਆਪਣੇ ਸਮਝਿਆ ਡੰਗਰ ਲਿਆਉਣੇ ਆ, ਵੇਚਣ ਡਿਆ, ਥੋੜੀ ਕਮਾਈ ਰੱਖ ਕੇ ਡੰਗਰ ਡੇ ਵੇਚਣ। ਸਹੀ ਸਹੀ ਗੱਲ ਹੈ। ਤੇ ਬਾਕੀ ਚਲੋ ਮਹਾਰਾਜ ਹਰ ਇੱਕ ਨੂੰ ਵਧੀਆ ਕੰਮ ਡੇ ਕਰ, ਹਰ ਤੂੰ ਵਧੀਆ ਕਰਨ ਡਿਆ ਕੰਮ। ਇਹ ਆ ਵੀ ਕੰਮ ਸਾਫ਼ ਸੁਥਰਾ ਕਰੋ, ਲੰਮਾ ਸਮਾਂ ਚੱਲੂਗਾ। ਲੰਮਾ ਸਮਾਂ ਚੱਲ, ਸਹੀ ਗੱਲ ਹੈ। ਹੋਰ ਤੁਸੀਂ ਸੁਣਾਓ? ਬਸ ਵਧੀਆ 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 ਚੱਲ ਰਿਹਾ ਕੰਮ। ਵੇਖੇ ਮਾਲ ਪਿਛਲਾ ਆਪਣਾ? ਵੀਰ ਜੀ ਮਾਲ ਵੇਖਿਆ, ਮਾਲ ਵੀ 5-6 ਦਿਨ ਵਿਕਿਆ, ਪਰ ਵਿਕ ਗਿਆ ਐਵੇਂ ਤੈਨੂੰ ਝੂਠ ਬੋਲੀਏ, ਚਲੋ 5-6 ਦਿਨ ਵਿਕਿਆ ਸੀ। ਹਾਂਜੀ ਹਾਂਜੀ, ਚਲੋ ਵੇਖਦੇ ਹੈਗੇ, ਹੈ ਨਾ ਜੀ? ਬਿਲਕੁਲ ਬਿਲਕੁਲ ਜੀ, ਹਾਂਜੀ। ਬਾਕੀ ਰੇਟ ਬੜਾ ਜਾਇਆ ਜੀ ਵੀਰ, ਜਿਹੜੇ ਬੰਦਿਆਂ ਨੇ ਜਰਸੀ ਗਾਂ ਸਾਡੇ ਖੜੀ ਹੈ ਨਾ, ਹਾਂਜੀ, ਜਿੰਨਾ ਦੁੱਧ ਦੱਸਿਆ 10 ਲੀਟਰ, ਹਾਂਜੀ, 10 ਤਾਂ ਹੀ ਦੇਣ ਦੀ ਆ, ਠੀਕ ਆ। ਉਹਨਾਂ ਦੁਬਾਰਾ ਫਿਰ 2 ਗਾਂ ਸਾਡੇ ਖੜੀਆਂ ਵਾ। ਅੱਛਾ ਜੀ, ਅੱਛਾ, ਹਾਂਜੀ, ਚਲੋ ਤੁਹਾਡੇ ਏਰੀਆ 'ਚ ਗਈ, ਫਿਰੋਜ਼ਪੁਰ ਹੀ ਗਈ ਜੀ? ਅੱਛਾ, ਫਿਰੋਜ਼ਪੁਰ ਗਈ ਆ? ਹਾਂਜੀ ਹਾਂਜੀ, ਫਿਰੋਜ਼ਪੁਰ ਹੀ ਗਈ ਜੀ। ਠੀਕ ਠੀਕ ਹੈ ਜੀ, ਠੀਕ। ਤੇ ਅੱਜ ਫਿਰ 2 ਆ? ਹਾਂਜੀ ਹਾਂਜੀ ਵੀਰ ਜੀ, 2। ਇਹਦੇ ਮਾਝ ਬਾਰੇ ਦੱਸੋ। ਮਾਝ ਵੀਰ ਜੀ ਇਹ ਹੈਗੀ ਜੀ ਤੀਜੇ ਸੂਏ, ਤੀਜਾ ਸੂਆ, ਹਾਂਜੀ, ਤੇ ਨੀਲੀ ਦੇ ਵਿੱਚ ਪੈਂਦੀ ਆ। ਹਾਂਜੀ, ਵੇਖ ਲਓ ਵੀ ਸਾਰੀਆਂ ਨਿਸ਼ਾਨੀਆਂ ਹੈਗੀਆਂ। ਹਾਂਜੀ, ਪੈਰ ਜਿੱਤੇ ਮੱਥੇ ਤੇ ਕੁਝ ਵੀ ਚਿੱਟੀ ਆ। ਹਾਂਜੀ, ਤੇ ਇਹ ਵੀ ਇਹਦੀ ਸੂਈ ਨੂੰ ਹੋ ਗਈ ਜੇ 20 ਦਿਨ ਹੋ ਗਏ ਸੀ। ਹਾਂਜੀ ਹਾਂਜੀ ਹਾਂਜੀ, ਤੇ ਦੁੱਧ ਆਈਟਮ ਜਿਹੜਾ ਵਾ ਐਵੇਂ ਆਪਾਂ ਝੂਠ ਨਹੀਂ ਬੋਲਣਾ, ਇਹ ਆਪਣੇ ਕੱਲ ਹੀ ਅਜੇ ਆਈ ਆ। ਹਾਂਜੀ, ਤੇ ਪੱਤਰੇ ਘਰ ਚੋਂ ਹੀ ਸੇਵਾ ਨਹੀਂ ਦੀ ਕੀਤੀ ਗਈ, ਰਾਜ ਨੂੰ ਵਿਆਹ ਵੰਡ। ਤੇ ਆਪਾਂ ਵੀ ਦੁੱਧ ਜਿਹੜਾ ਹੈਗਾ ਬਿਲਕੁਲ ਜਾਇਜ਼ ਉਹ ਦੱਸਣਾ ਵਾ, 6 ਤੋਂ ਲੈ ਕੇ 7 ਕਿਲੋ ਵੀਰ ਦੁੱਧ ਤਿਆਰ ਹੈ। ਇਹਨਾਂ ਤਿਆਰ ਆ? ਹਾਂਜੀ ਤਿਆਰ ਆ। ਖੋਲੋ ਵੀ ਇਹ ਜਦੋਂ 2 ਦਿਨ ਜੇ ਸਾਂਭਾਂਗੇ, ਹਾਂਜੀ, ਵੰਡ ਵੰਡ ਚਾਰੀ ਖਾਓਗੇ ਆਪਣਾ ਦੇ ਲਗੂ ਕਹਿਦਾ, मैं देखो चवाई ठीक है बिल्कुल। हां दुध वीर जी असल सही दुध वीर जी ਦੁੱਧ 12 ਕਿਲੋ ਹੀ ਆ। ਹਾਂਜੀ, ਠੰਡਾ ਕਰਕੇ ਤਾਂ 10 ਲੀਟਰ ਮਿਲ ਕੇ ਦਵਾਂਗੇ। 10 ਕਿਲੋ ਕੋਈ ਭੂਰ ਦੇ ਕੋਈ ਛੱਟਾਂ ਨਹੀਂ, ਰੂਹ ਵਰਗੀ ਚਵਾਈ ਆ। ਤੇ ਇਹਦੇ ਮਿਲ ਕੇ ਮੈਲ ਵੇਖੋ ਫਿਰ ਕਿੱਦਾਂ ਆ? ਦੇਖੋ ਜੀ, ਹਾਂਜੀ, ਇਹ ਆ ਮੈਂ ਕਿੰਨੇ ਹੋਏ ਆ ਇਹਨੂੰ ਬਾ, ਠੀਕ ਤੇ ਜਿੱਦਾਂ ਗਾੜੀ ਮੌਸਮ ਆ ਰਿਹਾ ਵਾ। ਹਾਂਜੀ, ਦੁੱਧ ਜ਼ਿਆਦਾ ਮੈਂ ਕਹਿੰਦਾ ਨਹੀਂ ਆ, 12 13 ਕਿਲੋ ਚਵਾਈ। ਇਹਨੂੰ ਵੀ ਖੋਲੋ ਜੀ, ਦੇਖੋ ਜੀ, ਗਾਂ ਪੂਰੇ ਕਦਗੜ ਵਾਲੀ ਗਾਂ ਜੀ, ਸੋਹਣੀ ਗਾਂ ਆ ਪੂਰੀ ਰਾਜੀ ਆ। ਦੇਖੋ ਆ, ਦੇਖੋ ਤੋਰ ਲਓ ਮਣਾ ਜੀ, ਲਓ ਆ ਦੇਖੋ ਜੀ, ਕ੍ਰੋਸ ਟਾਈਪ ਗਾਂ ਆ ਜੀ, ਦੁੱਧ ਵੀ ਸੰਘਣਾ ਹੋਊਗਾ ਪੂਰਾ। ਆ ਦੇਖੋ ਜੀ, ਆ ਜਾਓ ਵੀ ਜੀ, ਆ ਜਾਓ। ਉਦਾਂ ਚਲੋ ਬਾਹਰ ਵੀਡੀਓ ਬਣਾਉਣੀ ਖੁੱਲੇ ਥਾਂ ਤੇ। ਹਾਂ ਚਲੋ, ਕੋਈ ਨਹੀਂ, ਮੌਸਮ ਖਰਾਬ ਹੈ ਜੀ। ਚਲੋ ਗਰਮੀ ਬਹੁਤ ਹੋਈ ਪਈ ਸੀ ਬਾਜੀ, ਬਹੁਤ ਬਹੁਤ ਗਰਮੀ ਹੋਈ ਆ ਕੀ ਹੈ, ਚਲੋ ਵਧੀਆ ਹੋ ਗਿਆ। ਪਤਾ ਹੀ ਆ ਵੀ ਅਹੜੀ ਹਨੇਰੀ ਵਾ ਕੇ ਨੇ ਚੁਣ ਜਾਣੇ ਸੁੱਟਤੇ ਆ। ਬਿਲਕੁਲ ਜੀ, ਥੋੜਾ ਬਹੁਤ ਨੁਕਸਾਨ ਹੋਇਆ ਇੱਧਰ ਬਾਜੀ, ਮੇਰੇ ਘਾਣ ਲਖਾ ਵਾ ਜੀ। ਆ ਦੇਖੋ ਜੀ, ਆ ਵੀ ਦੇਖ, ਥਾਣ ਭਾਂਡਾ ਦੇਖੋ ਕਿੱਦਾਂ ਦਾ ਇਹਦਾ। ਠੀਕ ਹੈ, ਹਾਂਜੀ, ਪੂਰੇ ਰਾਜੀ ਆ, ਕਿਸੇ ਬਣਿਆ ਕੋਈ ਕਮੀ ਹੋਵੇ ਤੇ ਫਿਰ ਕੋਈ ਕਵੇ, ਤੇ ਇਹਦਾ ਹੀ ਮੁੱਲ ਜਿਹੜਾ ਆਪਾਂ ਕਰਨਾ ਨਾ ਬਿਲਕੁਲ ਜਾਇਜ਼ ਕਰਨਾ। ਹਾਂਜੀ, ਮੁੱਲ ਪੈਂਚੇ ਨਾ ਕਰ ਲਈਏ।
ਕਰ ਲੋ ਜੀ ਤੁਹਾਡੀ ਜੀ ਇਹ ਤੁਸੀਂ ਰੱਖੋ ਤੁਹਾਡੀ ਜੀ ਆ ਗੱਲ ਕੀ ਆ ਜੇ ਹੁੰਦਾ ਬਾਜ਼ਾਰ ਪਹਿਲਾਂ ਹਾਂਜੀ ਤੇ ਫਿਰ 35 ਵਾਰ ਵਿਕਣੀ ਸੀ ਹਾਂਜੀ ਹਾਂਜੀ ਪਰ ਜਿਹੜਾ ਹੁਣ ਨਾ ਆਪਾਂ ਹੁਣ 30000 ਕਮਾਣ ਕਰਾਂ 30000 ਦੇ ਕਿੰਨੇ ਦੇ ਰਹੋਗੇ ਜੀ 1000 ਰੁਪਏ ਛੋਟ ਕਰਦਾ 29000 ਦੇ ਰਹੋਗੇ ਹਾਂਜੀ ਆਪਣੀ ਖੁਸ਼ੀ ਨਾਲ ਦੇਖੋ ਜੀ ਬਹੁਤ ਸੋਹਣਾ ਰੇਟ ਕੀਤਾ ਦੋਵੇਂ ਪਸ਼ੂ ਵੀਰ ਨੇ ਬਿਲਕੁਲ ਜਾਇਜ਼ ਕੀਮਤ ਵਾਲੇ ਆ ਜੀ ਹੁਣ ਵੇਖੋ ਜੀ ਇਹਦੇ ਉੱਪਰ ਤਾਂ ਰੱਬ ਦਾ ਨਾਂ ਹੀ ਹੈ ਜੀ ਠੀਕ ਹੈ ਨਾ ਜੀ ਤੇ ਵਾਰ-ਵਾਰ ਮੇਰੀ ਵੀ ਇਹੀ ਬੇਨਤੀ ਹੁੰਦੀ ਹੈ ਕਿ ਚੁਆਈ ਜ਼ਰੂਰ ਕਰ ਲੈ ਜਾਓ ਉਸ ਦੋਵੇਂ ਸਸਤੇ ਪਾ ਵਾਲੇ ਆ ਇਹ ਵੀ ਜਿਹੜੀ ਤੁਸੀਂ ਮਾਝੇ ਆ ਨਾ ਹਾਂਜੀ ਇਹ ਥੋੜੀ ਸਾਂਭ ਮੰਗਦੀ ਆ ਹਾਂਜੀ ਇਹਨੂੰ 5-4 ਦਿਨ ਰੁਪਏ ਸਾਂਭ ਲਓ ਨਾ ਹਾਂਜੀ ਤੇ ਰੁਪਈਆ 1200 ਖਵਾ ਦੂਗਾ ਠੀਕ ਆ ਤੇ ਆਰਾਮ ਨਾਲ 8-9 ਅਗਲੇ ਤੋਂ ਚੋਰੀ ਹੋਊਗਾ ਹਾਂਜੀ ਤੇ ਇੱਕ ਗੱਲ ਹੋਰ ਆ ਜਿਹੜਾ ਵੀਰੇ ਮਾਝੇ ਖੜੂਗੇ ਨਾ 6 ਮਹੀਨੇ ਚ ਹੋ ਗਏ ਨਾ ਅਪ੍ਰੈਲ ਮਹੀਨੇ ਫਿਰ 28-29000 ਦੇਖੇ ਵੇਖ ਜੀ ਹਾਂਜੀ ਹਜੇ ਆਰਾਮ ਨਾਲ ਮੈਂ ਨਾ 28 ਮੈਨੂੰ ਦੇ ਦੇ ਹਾਂਜੀ ਹਾਂਜੀ ਮੈਂ ਦੂਰ ਨਹੀਂ ਜਾਂਦਾ ਹਾਂਜੀ ਅਪ੍ਰੈਲ ਮਹੀਨੇ 28-29000 ਦੇ ਮੈਨੂੰ ਦੇ ਦੇ ਬਾ ਠੀਕ ਹੈ 6 ਮਹੀਨੇ ਚ ਹੋ ਗਏ ਠੀਕ ਹੈ ਵੀ ਬਾਕੀ ਵੇਖ ਲਓ ਚਲੋ ਠੀਕ ਹੈ ਜੀ ਹਾਂ ਨੰਬਰ ਤੇ ਐਡਰੈਸ ਰੈਸ ਪਿੰਡ ਆਪਣਾ ਭੂਮਾ ਜੀ ਹਾਂਜੀ ਨਾਮ ਮੇਰਾ ਗਰਸੇਵ ਸਿੰਘ ਠੀਕ ਹੈ ਜੀ ਤੇ ਫੋਨ ਨੰਬਰ ਹੈਗਾ 7973844441 ਇੱਕ ਵਾਰ ਫੇਰ ਬੋਲ ਦੋ ਜੀ ਫੋਨ ਨੰਬਰ ਹੈਗਾ 7973844441 ਪਿੰਡ ਭੂਮਾ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ